पंजाब टॉप न्यूज़ देख रहे तमाम दर्शकों का मैं चरणजीत कौर हार्दिक स्वागत करती हूँ। एंटी क्राइम एंटी करप्शन एसोसिएशन पंजाब द्वारा एक विशेष बैठक समिति के कार्यकाल गुरु नानक मार्केट लम्मापिंड चौक में आयोजित की गई। समिति के पंजाब प्रधान सुरिंदर सिंह कैरो की अध्यक्षता में आयोजित इस बैठक में नए सदस्यों को उनके आईडी कार्ड दिए गए। इस मौके पर उनके साथ समाज सेवक जोगिंदर पाल शर्मा, साहिल सेठी, जशपाल सफरी, राजरानी, ललित लवली भी मौजूद थे। प्रधान कैरो ने सभी नवयुक्त सदस्यों को अपने अपने एरिया में पूरी ईमानदारी के साथ कार्य करने को कहा। सभी नए सदस्यों के प्रधान जी को विश्वास दिलवाया कि वह एंटी क्राइम एंटी करप्शन में पूरी ईमानदारी के साथ अपनी सेवाएं देंगे। इस मौके पर प्रवीण कुमार, सतपाल कौर, गुरमीत सिंह, दविंदर सिंह, सुखदेव जखू, बलवंत रॉय, बलजीत कुमार, कवलजीत सिंह, मनदीप सिंह, हैप्पी रवि पॉल, दीपक कुमार, डॉक्टर राजकुमार, दलजीत सिंह, सरबजीत कौर तथा अन्य सदस्य मौजूद थे। ਡਾਕਟਰ ਰਾਜਕੁਮਾਰ ਜੀ, ਉਹਨਾਂ ਨੇ ਸਾਰਿਆਂ ਨੇ ਅੱਜ ਇੱਥੇ ਇਸ ਕਰਕੇ ਮੀਟਿੰਗ ਬੁਲਾਈ ਕਿ ਜਿਹੜੇ ਸਾਡੇ ਵਿੱਚ ਅੱਜ ਅਸੀਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਹਨ, ਜਿਨ੍ਹਾਂ ਦੇ ਵਿੱਚ ਅਸੀਂ ਮੈਂਬਰ ਵੀ ਜੋੜੇ ਹਨ ਔਰ ਸੈਕਟਰੀ ਸਾਹਿਬ ਵੀ ਆਏ ਹਨ। ਉਹਨਾਂ ਦੇ ਵਿੱਚ ਵੱਧ ਤੋਂ ਵੱਧ ਅਸੀਂ ਜਿਹੜੇ ਨੌਜਵਾਨ ਪੀੜ੍ਹੀ ਨੂੰ ਹੁਣ ਅੱਗੇ ਲਿਜਾ ਕੇ ਅਸੀਂ ਥੋੜ੍ਹੇ ਦਿਨਾਂ ਦੇ ਵਿੱਚ ਜਿਹੜਾ ਪ੍ਰਾਈਵੇਟ ਜਾਬ ਜਾਣ ਵਾਸਤੇ ਜਾ ਰਹੇ ਹਾਂ ਅਤੇ ਨੌਜਵਾਨ ਜਿਹੜਾ ਸਾਡਾ ਵਧੀਆ ਤਰੀਕੇ ਨਾਲ ਐਂਟੀ ਕ੍ਰਾਈਮ ਔਰ ਐਂਟੀ ਕਰਪਸ਼ਨ ਦੇ ਵਿੱਚ ਕੰਮ ਕਰੇਗਾ। ਅੱਜ ਪੰਜਾਬ ਦੇ ਵਿੱਚ ਹਾਲਾਤ ਹੋਰ ਹੈ ਕਿ ਜਿਹੜੇ ਸਾਡੇ ਜਿਹੜੇ ਬੱਚੇ ਹੈ ਉਹ ਬਹੁਤ ਨਸ਼ਾ ਕਰਨ ਲੱਗ ਪਏ ਹਨ, ਕਿ ਜਿਹੜੇ ਵਿੱਚ ਸਾਡੇ ਨੌਜਵਾਨ ਸਾਡੀ ਪੀੜ੍ਹੀ ਬੜੀ ਸਾਫ਼ ਸੁਥਰੀ ਐਂਟੀ ਕ੍ਰਾਈਮ ਔਰ ਐਂਟੀ ਕਰਪਸ਼ਨ ਰਹੇਗੀ। ਜਿੱਥੇ ਵੀ ਕੋਈ ਬੱਚਾ ਜਾਂ ਨਸ਼ਾ ਕਰ ਰਿਹਾ ਹੈ ਉਹਨੂੰ ਸਰਕਾਰੀ ਹੋਸਪਿਟਲ ਦੇ ਵਿੱਚ ਦਾਖਲ ਕਰਾ ਕੇ ਉਹਦਾ ਫਰੀ ਇਲਾਜ ਕਰਵਾਇਆ ਜਾਏਗਾ। ਐਂਟੀ ਕ੍ਰਾਈਮ ਔਰ ਐਂਟੀ ਕਰਪਸ਼ਨ ਆ ਕਿੱਥੇ ਕਿਤੇ ਵੀ ਕੋਈ ਰਿਸ਼ਵਤ ਲੈ ਰਿਹਾ ਹੈ ਉਹ ਸਾਡੇ ਦਫ਼ਤਰ ਆ ਕੇ ਸਾਡੇ ਸੈਕਟਰੀ ਸਾਹਿਬ ਜਾਂ ਪ੍ਰਧਾਨ ਜਿਹਨੂੰ ਵੀ ਮਰਜ਼ੀ ਆ ਕੇ ਤਲਾਹ ਦੇ ਸਕਦਾ ਹੈ। ਅਸੀਂ ਭਾਵੇਂ ਕੋਈ ਵੀ ਹੋਵੇ, ਬਿਜਲੀ ਮਹਿਕਮਾ ਹੋਵੇ, ਕੋਈ ਵੀ ਮਹਿਕਮਾ ਹੋਵੇ, ਅਸੀਂ ਪੂਰੀ ਮੁਹਾਲੀ ਕਰਕੇ ਉਹਨੂੰ ਰਿਸ਼ਵਤਖੋਰੀ ਤੋਂ ਉਹਦਾ ਟਕਰਾਵਾਂਗੇ। ਜਿੱਥੇ ਕਿਸੇ ਦਾ ਕੰਮ ਨਹੀਂ ਹੋ ਰਿਹਾ ਉਹ ਸਾਡੇ ਸੰਸਥਾ ਨੂੰ ਦੱਸ ਸਕਦਾ ਹੈ ਕਿ ਮੇਰਾ ਅੱਜ ਕੰਮ ਨਹੀਂ ਹੋ ਰਿਹਾ, ਮੇਰੇ ਕੋਲ ਫਲਾਣਾ ਅਫਸਰ ਜਿਹੜਾ ਹੈ ਉਹ ਰਿਸ਼ਵਤ ਮੰਗ ਰਿਹਾ ਹੈ। ਇਸ ਕਰਕੇ ਪੂਰਾ ਕੰਮ ਵੀ ਅਸੀਂ ਜਲਦੀ ਤੋਂ ਜਲਦੀ ਵਧੀਆ ਤਰੀਕੇ ਨਾਲ ਕਰਾਵਾਂਗੇ। ਜਿੱਥੇ ਮੇਰੀਆਂ ਭੈਣਾਂ ਕੋਈ ਵੱਧ ਸੁਰੱਖਿਅਤ ਹੋ ਰਹੀ ਹੈ ਜਾਂ ਕੋਈ ਕਰ ਰਿਹਾ ਹੈ ਉਹਦੇ ਮਗਰ ਵੀ ਅਸੀਂ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਪੂਰੇ ਡਟ ਕੇ ਖੜ੍ਹੀ ਹੋਵੇਗੀ। ਇਹ ਸਾਰੀਆਂ ਅੱਜ ਐਂਟੀ ਕ੍ਰਾਈਮ ਐਂਟੀ ਕਰਪਸ਼ਨ ਇੱਥੇ ਗੁਰੂ ਨਾਨਕ ਮਾਰਕੀਟ ਵਿੱਚ ਮੀਟਿੰਗ ਜਿਹੜੀ ਰੱਖੀ ਸੀਗੀ। ਮੈਂ ਬਹੁਤ ਬਹੁਤ ਆਪਣੇ ਨੌਜਵਾਨਾਂ ਨੂੰ ਕਿ ਜਿਹੜੀ ਸਾਡੀ ਸੰਸਥਾ ਪੰਜਾਬ ਦੀ ਨਾਲ ਐਂਟੀ ਕ੍ਰਾਈਮ ਔਰ ਐਂਟੀ ਕਰਪਸ਼ਨ ਜੁੜ ਰਹੇ ਹਨ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ।
ਕਿ ਜਦੋਂ ਵੀ ਕੋਈ ਸਾਡਾ ਨਾਚ ਹੁੰਦਾ ਹੈ ਕਿ ਐਂਟੀ ਕ੍ਰਾਈਮ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ, ਸਾਡੀਆਂ ਲੇਡੀ ਵੀ ਬਹੁਤ ਵਧੀਆ ਕੰਮ ਕਰ ਰਹੀਆਂ ਹਨ। ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਵੀ ਵੱਧ ਤੋਂ ਵੱਧ ਮੈਂਬਰਾਂ ਨੂੰ ਨਾਲ ਜੋੜ ਕੇ ਵਧੀਆ ਤਰੀਕੇ ਦੇ ਨਾਲ ਤੁਸੀਂ ਵੀ ਸੰਸਥਾ ਦਾ ਨਾਲ ਜੁੜੋ। ਇਸ ਕਰਕੇ ਕਿ ਜਦੋਂ ਵੀ ਅਸੀਂ ਸਾਡੀ ਲੇਡੀ ਦਾ ਕੋਈ ਧੱਕਾ ਹੁੰਦਾ ਹੈ, ਕੋਈ ਥਾਣੇ ਦੇ ਵਿੱਚ ਧੱਕਾ ਹੁੰਦਾ ਹੈ, ਉਹ ਅਸੀਂ ਬੜੇ ਤਰੀਕੇ ਦਾ ਇਨਸਾਫ ਲਵਾ ਸਕੀਏ। ਮੈਂ ਇੰਨੀਆਂ ਗੱਲਾਂ ਕਹਿੰਦਾ ਹੋਇਆ ਕਿ ਜਿਹੜੇ ਅੱਜ ਸਾਡੇ ਨੌਜਵਾਨ ਸਾਡੇ ਨਾਲ ਜੁੜੇ ਹਨ ਕਿ ਜਿੱਥੇ ਵੀ ਕੋਈ ਸਾਨੂੰ ਸਾਡੀ ਜ਼ਰੂਰਤ ਹੈ, ਅਸੀਂ ਤੁਹਾਡੇ ਨਾਲ ਦਿਨ ਰਾਤ ਖੜ੍ਹੇ ਹਾਂ। ਕਿਸੇ ਵੀ ਜ਼ਰੂਰਤ ਪੈਂਦੀ ਹੈ, ਗਰੀਬ ਪਰਿਵਾਰ ਦੀ ਪਿੱਛੇ ਕੁੜੀ ਦਾ ਵਿਆਹ ਹੈ, ਉਹ ਸਾਰੇ ਅਸੀਂ ਮਰ ਕੇ ਸਾਰੀ ਸੰਸਥਾ ਜਿਹੜੀ ਹੈ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਵੀ ਦਿੰਦੀ ਹੈ ਅਤੇ ਕੁੜੀਆਂ ਦੇ ਵਿਆਹ ਅਤੇ ਦਵਾਈਆਂ ਜਿਹੜੀਆਂ ਬੱਚਿਆਂ ਦੇ ਕੱਪੜੇ ਲੈ ਕੇ ਦੇਣੇ ਜਾਂ ਜਦੋਂ ਵੀ ਲੋੜ ਪੈਂਦੀ ਹੈ ਉਹ ਸਾਡੀ ਸੰਸਥਾ 24 ਘੰਟੇ ਦਿਨ ਰਾਤ ਉਹਦੇ ਨਾਲ ਖੜ੍ਹੀ ਹੈ। ਮੈਂ ਆਪਣਾ ਨੰਬਰ ਔਰ ਸਾਡੇ ਇੰਦਰਪਾਲ ਸ਼ਰਮਾ, ਜਸਪਾਲ ਸਬਰੀ ਜੀ, ਲਲਿਤ ਲਵਲੀ ਜੀ, ਸਾਰੇ ਡਾਕਟਰ ਵੀ ਬੈਠੇ ਹਨ, ਮੈਂ ਇਹਨਾਂ ਨੂੰ ਕਹਾਂਗਾ ਜਦੋਂ ਵੀ ਤੁਹਾਨੂੰ ਕਿਸੇ ਦਾ ਫੋਨ ਹੁੰਦਾ ਹੈ ਡੱਟ ਕੇ ਮਦਦ ਕਰਿਆ ਕਰੋ, ਨਾਲ ਹੋ ਕੇ ਖੜਿਆ ਕਰੋ। ਅਸੀਂ ਇੰਨੀਆਂ ਗੱਲਾਂ ਕਹਿੰਦੇ ਹੋਏ ਐਂਟੀ ਕ੍ਰਾਈਮ ਔਰ ਐਂਟੀ ਕਰਪਸ਼ਨ ਨੂੰ ਬਹੁਤ ਬਹੁਤ ਦੁਬਾਰਾ ਫਿਰ ਵਧਾਈ ਦਿੰਦਾ, ਜਿਹੜੀ ਸਾਡੇ ਨਾਲ ਨੌਜਵਾਨਾਂ ਦੀ ਪੀੜ੍ਹੀ ਜੁੜੀ ਹੈ। 9 ਮੈਂਬਰ ਅਸੀਂ ਅੱਜ ਦੁਬਾਰਾ ਬਣਾਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।